ਤੁਸੀਂ ਦੇਖਿਆ ਸਾਡੀ ਆਪਣਾ ਡੀਲਰਸ਼ਿਪ ਡਿਊ ਟੂ ਸ਼ਾਰਟ ਸਰਕਟ ਨਾ ਤੇ ਸਾਰੀਆਂ ਗੱਡੀਆਂ ਮਤਲਬ 100 ਤੋਂ ਉੱਪਰ ਗੱਡੀਆਂ ਸੀ ਕਿਉਂਕਿ ਸਾਰੀਆਂ ਸੀ ਸਕੋਰਪੀਓ ਸੀ ਨਵੀਆਂ ਥਾਰ ਸੀ ਆਪਣਾ ਪਿਕਅਪ ਸੈਗਮੈਂਟ ਸੀ ਤੇ ਮਤਲਬ ਐਚਵੀ 300 ਸੀ ਬਲੈਰੋ ਸੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼ਹਿਰ ਬਠਿੰਡਾ ਤੋਂ ਜਿੱਥੇ ਮਹਿੰਦਰਾ ਦੇ ਸ਼ੋਰੂਮ ਵਿੱਚ ਅੱਗ ਲੱਗਣ ਕਰਕੇ ਵੱਡਾ ਨੁਕਸਾਨ ਹੋਇਆ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਜਿੱਥੇ 3 ਮੰਜ਼ਿਲਾ ਇਹ ਆਲੀਸ਼ਾਨ ਸ਼ੋਰੂਮ ਇੱਥੇ ਦੱਸਿਆ ਜਾ ਰਿਹਾ ਹੈ ਕਿ 100 ਤੋਂ ਵੱਧ ਕੀਮਤੀ ਕਾਰਾਂ ਖੜੀਆਂ ਸਨ, ਸੜ ਕੇ ਸਵਾਹ ਹੋ ਗਈਆਂ। ਤੁਹਾਨੂੰ ਅਸੀਂ ਦਿਖਾ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਕਿ ਕਿਸ ਤਰ੍ਹਾਂ ਅੱਗ ਦੀਆਂ ਲਪਟਾਂ ਨੇ, ਧੂਏ ਦੇ ਗੁਬਾਰ ਨੇ ਸ਼ੋਰੂਮ ਦਾ ਕੀ ਹਾਲ ਬਣਾ ਕੇ ਰੱਖ ਦਿੱਤਾ ਹੈ। ਕੱਲ੍ਹ ਤੱਕ ਜਿਨ੍ਹਾਂ ਕਾਰਾਂ ਦੀ ਕੀਮਤ ਅੱਖਾਂ ਵਿੱਚ ਸੀ, ਅੱਜ ਉਹਨਾਂ ਦਾ ਹਾਲ ਕੀ ਹੋ ਗਿਆ ਹੈ? ਹਰ ਪਾਸੇ ਤਬਾਹੀ ਦਾ ਹੀ ਮੰਜ਼ਰ ਹੈ। ਘਟਨਾ ਦੀ ਸੂਚਨਾ ਮਿਲਦੇ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ, ਜਿਨ੍ਹਾਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ਦਾ ਰੂਪ ਇੰਨਾ ਭਿਆਨਕ ਸੀ ਕਿ 2 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਫਾਇਰ ਬ੍ਰਿਗੇਡ ਅੱਗ ਨੂੰ ਬੁਝਾ ਸਕੀ। ਪਿੱਛੇ ਰਹਿ ਗਈਆਂ ਬਰਬਾਦੀ ਦੀਆਂ ਇਹ ਤਸਵੀਰਾਂ। ਮੈਂ ਗੁਰਿੰਦਰ ਸਿੰਘ, ਫਾਇਰ ਅਫਸਰ, ਫਾਇਰ ਬ੍ਰਿਗੇਡ ਬਠਿੰਡਾ। ਸਵੇਰੇ 5:25 'ਤੇ ਸਾਨੂੰ ਸੂਚਨਾ ਮਿਲੀ ਸੀ ਕਿ ਮਹਿੰਦਰਾ ਸ਼ੋਰੂਮ ਮਾਨਸਾ ਰੋਡ ਵਿਖੇ ਅੱਗ ਲੱਗ ਗਈ ਹੈ। ਅਸੀਂ ਇੱਥੇ ਫਾਇਰ ਟੈਂਡਰ ਤਕਰੀਬਨ 4-5 ਫਾਇਰ ਟੈਂਡਰ ਲੈ ਕੇ ਪਹੁੰਚੇ ਸੀ। ਅੱਗ 'ਤੇ ਤਕਰੀਬਨ ਕੰਟਰੋਲ ਪਾ ਲਿਆ ਅਤੇ ਇਹਨਾਂ ਦੇ ਇਹ ਦੱਸਦੇ ਹੈ ਵੀ ਸਾਡੀਆਂ ਟੋਟਲ 36-37 ਗੱਡੀਆਂ ਦਾ ਜਿਹੜਾ ਸਾਡਾ ਨੁਕਸਾਨ ਹੋਇਆ ਇਹਨਾਂ ਦੇ ਦੱਸਣ ਮੁਤਾਬਕ। ਅੱਗ 'ਤੇ ਕਾਬੂ ਪਾ ਲਿਆ ਹੈ। ਅੱਗ ਲੱਗਣ ਦਾ ਕਾਰਨ ਅਜੇ ਨਹੀਂ ਪਤਾ ਲੱਗਿਆ ਵੀ ਕਿਸ ਤਰ੍ਹਾਂ ਲੱਗੀ ਸੀ। ਕਿੰਨੀ ਦੇਰ 'ਚ ਕਾਬੂ ਪਾਇਆ ਜੀ ਅੱਗ 'ਤੇ? ਅਸੀਂ 2 ਘੰਟੇ 'ਚ ਲਗਭਗ 2-2.25 ਘੰਟੇ 'ਚ ਅਸੀਂ ਅੱਗ 'ਤੇ ਕਾਬੂ ਪਾ ਲਿਆ ਸੀ। ਲੱਗੀ ਕਿੰਨੇ ਵਜੇ ਸੀ? ਲੱਗੀ 5:25 'ਤੇ ਸਾਨੂੰ ਸੂਚਨਾ ਮਿਲੀ ਇਹਦੇ। ਅਤੇ ਕਿੰਨੇ ਮੰਜ਼ਿਲਾਂ ਸੀ? 3 ਮੰਜ਼ਿਲਾਂ ਨਾ, ਟ੍ਰਿਪਲ ਸਟੋਰੀ ਥੱਲੇ। ਇਹ ਸੈਕਿੰਡ ਫਲੋਰ ਹੈ ਜੀ। ਤੀਸਰੀ ਮੰਜ਼ਿਲ 'ਤੇ ਵੀ ਲੱਗੀ ਹੈ ਜੀ? ਤੀਸਰੀ ਮੰਜ਼ਿਲ 'ਤੇ ਛੱਤ ਹੈ ਜੀ, ਛੱਤ ਦੇ ਉੱਤੇ ਵੀ ਗੱਡੀਆਂ ਖੜੀਆਂ ਇਹਨਾਂ ਦੀਆਂ। ਬਿਲਡਿੰਗ 'ਤੇ ਕਿਸ ਤਰ੍ਹਾਂ ਦੇ ਹਾਲਾਤ ਆ? ਬਿਲਡਿੰਗ ਦਾ ਕਾਫੀ ਨੁਕਸਾਨ ਹੋ ਗਿਆ, ਪਿੱਲਰ ਵਗੈਰਾ ਥੋੜ੍ਹੇ ਜਿਹੇ ਝੁੱਕ ਗਏ ਹੈ ਥੱਲੇ, ਅਤੇ ਬਾਕੀ ਇਹਨਾਂ ਦਾ POP ਵਗੈਰਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਕਿੰਨੇ ਕੁ ਮੁਲਾਜ਼ਮ ਸੀ ਆਪਣੇ ਅੱਗ ਬੁਝਾਉਣ ਵਾਸਤੇ? ਲਗਭਗ ਤਕਰੀਬਨ ਸਾਡੇ ਸਾਰਾ ਸਟਾਫ ਹੀ ਮੌਕੇ 'ਤੇ, ਆਫਿਸਰ ਸਾਰੇ ਅਸੀਂ ਸਮਾਨ ਵਿੱਚ ਮੌਕੇ 'ਤੇ ਸੀ। ਅਤੇ ਤੁਸੀਂ ਦੇਖਿਆ ਸਾਡੀ ਆਪਣਾ ਡੀਲਰਸ਼ਿਪ ਡਿਊ ਟੂ ਸ਼ਾਰਟ ਸਰਕਟ ਨਾ ਅਤੇ ਸਾਰੀਆਂ ਗੱਡੀਆਂ ਮਤਲਬ ਪਰਸਨਲ ਸੈਗਮੈਂਟ ਦੀ, ਸਾਡਾ ਸਟਾਫ ਵੀ ਸਾਰਾ ਉੱਪਰ ਪਿਆ ਸੀ, ਸਾਰਾ ਸਾਡੀਆਂ ਹੁਣ ਆ ਰਹੀਆਂ ਫਾਇਰ ਬ੍ਰਿਗੇਡ, ਆਪਣਾ ਪ੍ਰਸ਼ਾਸਨ ਦੀ ਪੂਰੀ ਹੈਲਪ ਹੈ। ਅੱਗ ਬੁਝਾਉਣ ਕਿੰਨੀਆਂ ਕਿੰਨੀਆਂ ਗੱਡੀਆਂ ਸੀਗੀਆਂ? 100 ਤੋਂ ਉੱਪਰ ਗੱਡੀਆਂ ਸੀ ਕਿਉਂਕਿ ਸਾਰੀਆਂ ਸੀ ਜੀ। ਸਕੋਰਪੀਓ ਸੀ, ਨਵੀਆਂ ਥਾਰ ਸੀ, ਆਪਣਾ ਪਿਕਅਪ ਸੈਗਮੈਂਟ ਸੀ ਤੇ ਮਤਲਬ ਐਚਵੀ 300 ਸੀ, ਬਲੈਰੋ ਸੀ। ਅਪਰੋਕਸੀਮੇਟਲੀ ਕਿੰਨੀ ਕੁ ਨੁਕਸਾਨ ਹੋ ਚੁੱਕਿਆ ਹੈ? ਇਹ ਤਾਂ ਜੀ ਮਤਲਬ ਡੀਲਰਸ਼ਿਪ, ਮੈਂ ਪੂਰਾ J&K ਦੇਖਦਾ ਤਾਂ ਮੈਂ ਡੀਲਰਸ਼ਿਪ ਇੱਥੇ ਆਪਣਾ ਜਿਹੜੇ ਹੈਗੇ ਆ ਉਹ ਦੱਸ ਸਕਦੇ ਕਿ ਐਗਜੈਕਟ, ਕਿਉਂਕਿ ਕਸਟਮਰਸ ਦੀਆਂ ਵੀ ਗੱਡੀਆਂ ਵਿੱਚ ਖੜੀਆਂ ਸੀ ਜਿਹੜੀਆਂ ਵਰਕਸ਼ਾਪ ਆਈਆਂ ਹੋਣਗੀਆਂ ਤਾਂ ਕਾਫੀ। ਮੈਂ ਸਾਹਮਣੇ ਰਹਿੰਦਾ ਜੀ, ਆਲਸ ਪ੍ਰੋਪਰਟੀ ਡੀਲਰ, ਮੇਰਾ ਸਾਹਮਣੇ ਘਰ ਹੈ ਜੀ। 5:30 ਤਕਰੀਬਨ ਧੂਆਂ ਨਜ਼ਰ ਆਇਆ ਜੀ, ਔਰ ਬਹੁਤ ਭਿਆਨਕ ਅੱਗ ਲੱਗ ਗਈ ਸੀਗੀ ਜੀ। ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਇਹਨਾਂ ਦੇ ਮਾਲਕਾਂ ਨੂੰ ਫੋਨ ਕੀਤਾ, ਉਹਨਾਂ ਦੇ ਫੋਨ ਬੰਦ ਆ ਰਹੇ, ਹਜੇ ਤੱਕ ਵੀ ਬੰਦ ਆ ਰਹੇ ਫੋਨ, ਉਹ ਬਿਮਾਰ ਹੈਗੇ ਕੁਛ। ਤੇ ਅੱਗ ਬੜੀ ਭਿਆਨਕ ਹੈ ਜੀ, ਗੱਡੀਆਂ ਸਾਰੀਆਂ ਬਚ ਗਈਆਂ ਤਕਰੀਬਨ। ਕਿੰਨੀਆਂ ਗੱਡੀਆਂ? ਗੱਡੀਆਂ ਤਾਂ ਜੀ ਇੱਥੇ ਉੱਪਰ ਵੀ ਖੜੀਆਂ ਹੁੰਦੀਆਂ ਸੀ ਜੀ, ਇਹ ਮਹਿੰਦਰਾ ਏਜੰਸੀ ਦੇ ਮਤਲਬ ਬਹੁਤ ਗੱਡੀਆਂ ਕਹਿ ਸਕਦੇ ਹਾਂ ਜੀ ਇਹਨਾਂ ਦੇ, ਮਤਲਬ ਹਜ਼ਾਰਾਂ ਸੈਂਕੜੇ ਗੱਡੀਆਂ ਹੁੰਦੀਆਂ ਜੀ, 3 ਮੰਜ਼ਿਲਿਆਂ ਸਾਰੇ ਸ਼ੋਰੂਮ ਭਰਿਆ ਹੁੰਦਾ ਜੀ। ਅੱਗ ਦਾ ਕੋਈ ਲੱਗਿਆ ਪਤਾ ਵੀ ਕੀ ਕਾਰਨ ਹੋਇਆ? ਅੱਗ ਦਾ ਕੋਈ ਹਜੇ ਤੱਕ ਕੁਛ ਨਹੀਂ ਕਹਿ ਸਕਦੇ ਜੀ ਕਿਉਂ ਲੱਗੀ ਹੈ, ਤੇ ਜ਼ਿਆਦਾਤਰ ਅੱਗ ਇਸ ਤਰ੍ਹਾਂ ਦੀ ਜਿਹੜੀ ਲੱਗਦੀ ਹੈ ਉਹ ਬਿਜਲੀ ਦੇ ਸਰਕਟ ਨਾਲ ਹੀ ਲੱਗਦੀ ਹੈ, ਸ਼ਾਇਦ ਸੰਭਾਵਨਾ ਇਹੀ ਹੈ ਵੀ ਬਿਜਲੀ ਦਾ ਸਰਕਟ ਦੇ ਨਾਲ ਲੱਗੀ ਹੈ। ਤੇ ਅੱਗ ਬੜੀ ਖਤਰਨਾਕ ਸੀ, ਤਕਰੀਬਨ ਗੱਡੀਆਂ ਮੱਚ ਗਈਆਂ, 2-3 ਗੱਡੀਆਂ ਬਚੀਆਂ ਹੋਣਗੀਆਂ ਸਾਰੀਆਂ। ਪਹੁੰਚਦਾ ਪਹੁੰਚਦਾ ਜੀ।
ठीक है ठीक है ठीक है।